ਇਹ ਪਹਾੜ ਜਿੱਦਾਂ ਟਰੱਕ ਅਤੇ ਇਸ ਤੋਂ ਬਾਅਦ ਜੋ ਘਟਨਾ, ਜੋ ਇਹ ਪਿੰਡ ਵਾਸੀ ਇੱਕ ਮੋਟਰਸਾਈਕਲ ਨੂੰ ਇਹ ਟੈਂਪੂ 'ਤੇ ਰੱਖਦੇ ਪਏ ਆ, ਇਹ ਖਬਰ ਸੁਣ ਕੇ ਤੁਹਾਡਾ ਦਿਲ ਵਲੁੰਦਰ ਜਾਣਾ ਹੈ। ਇਹ ਤਸਵੀਰਾਂ ਉਸ ਵੇਲੇ ਸਾਹਮਣੇ ਆਈਆਂ ਨੇ ਜਦੋਂ ਪੂਰੇ ਪੰਜਾਬ ਦੇ ਵਿੱਚ ਧੁੰਦ ਅਤੇ ਧੂੰਏ ਦੀ ਚਾਦਰ ਦੇ ਕਰਕੇ ਲੋਕ ਘਰੋਂ ਨਿਕਲਣ ਨੂੰ ਡਰਦੇ ਪਏ ਹੈ। ਹਰ ਵਾਰ ਇਹ ਕਹਿਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਰੱਬਾ ਸਭ ਦਾ ਬਚਾਅ ਹੋ ਜਾਵੇ, ਪਰ ਇੱਥੇ ਮਨਭਾਗੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਤੁਸੀਂ ਇੱਕ ਪਾਸੇ ਆਹ ਵੱਡਾ ਸਾਰਾ ਟਰਾਲਾ ਦੇਖਦੇ ਪਏ ਹੋ ਅਤੇ ਦੂਸਰੇ ਪਾਸੇ ਇਹ ਮੋਟਰਸਾਈਕਲ, ਜੋ ਪਿੰਡ ਦੇ ਹੀ ਕੁਝ ਲੋਕ ਇਸ ਮੋਟਰਸਾਈਕਲ ਨੂੰ ਇਸ ਟੈਂਪੂ 'ਤੇ ਰੱਖਦੇ ਪਏ ਹੈ। ਇਹ ਤਸਵੀਰਾਂ ਸੁਨਾਮ ਦੇ ਲਹਿਰਾ ਗੱਗਾ ਰੋਡ ਛਾਜਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦੁਖਦਾਈ ਘਟਨਾ ਦੇ ਵਿੱਚ ਇੱਕ ਪਿਤਾ ਜਿਸਦਾ ਨਾਮ ਹਾਕਮ ਸਿੰਘ ਹੈ, ਆਪਣੀ 23 ਸਾਲਾਂ ਬੇਟੀ ਨੂੰ ਕਾਲਜ ਦੇ ਵਿੱਚ ਛੱਡਣ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦੇ ਨਾਲ ਇਹਨਾਂ ਦਾ ਮੋਟਰਸਾਈਕਲ ਦਾ ਹਾਦਸਾ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਜਿਹੜੀ 23 ਸਾਲਾਂ ਦੀ ਬੇਟੀ ਸੀ ਉਸਦੀ ਮੌਤ ਅਤੇ ਪਿਤਾ ਹਾਕਮ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਿਹਾ ਸੀ, ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਚਲੋ ਪਿਓ ਦੇ ਸੱਟਾਂ ਨੇ ਗੰਭੀਰ ਤੇ ਲੜਕੀ ਦੀ ਮੌਤ ਹੋ ਗਈ। ਕਿੰਨੇ ਸਾਲ ਦੀ ਲੜਕੀ ਸੀ, ਕਿਹੜੀ ਕਲਾਸ ਪੜ੍ਹਦੀ ਹੈਗੀ? 23 ਸਾਲ। ਸਰਪੰਚ ਗੁਰਬਿਆ ਸਿੰਘ ਸ਼ਾਇਲੀ ਹੈ ਜੀ। ਤੇ ਇਹ ਘਟਨਾ ਤਾਂ ਜੀ ਬੇਟੀ ਪੜ੍ਹਦੀ ਇੱਥੇ ਕੋਕਰ ਕਾਲਜ 'ਚ, ਐਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਗਰੀਬ ਪਰਿਵਾਰ ਆ। ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ, ਉਹਦੇ ਕਰਕੇ ਬੇਟੀ ਦੀ ਡੈਥ ਹੋ ਗਈ। ਤੇ ਜਿਹੜੇ ਫਾਦਰ ਸਾਹਿਬ ਗੁੜੀਆ ਨੇ ਉਹ ਵੀ ਕਾਫੀ ਕੱਟਾਂ ਨੇ ਉਹਨਾਂ ਦੀਆਂ, ਉਹਨਾਂ ਨੂੰ ਹਸਪਤਾਲ ਭੇਜਿਆ ਇਲਾਜ ਵਾਸਤੇ। ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰ? ਪੁਲਿਸ ਤੋਂ ਇਹ ਮੰਗ ਕਰਦੇ ਜੋ ਟਰਾਲੇ ਵਾਲਾ ਉਹਨੂੰ ਛੇਤੀ ਤੋਂ ਛੇਤੀ ਰਹਿ ਜਾਵੇ, ਅਰੈਸਟ ਕਰਕੇ ਲਿਆਂਦਾ ਜਾਵੇ, ਜੋ ਵੀ ਘਟਨਾ ਹੈ ਸਰਕਾਰ ਤੋਂ ਮੁਆਵਜ਼ੇ ਮੰਗ ਕਰਾਂਗੇ। ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ, ਥਾਣੇ ਫੋਨ ਗਿਆ ਵੀ ਇਸ ਟਾਈਮ ਹਾਕਮ ਸਿੰਘ ਪੁੱਤਰ ਭਾਨ ਸਿੰਘ ਵਾਸੀ ਛਾਜਲੀ ਆਪਣੀ ਬੇਟੀ ਨੂੰ ਛੱਡਣ ਖੁੱਖਰ ਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸਾਈਡ ਤੋਂ 3 ਟਰਾਲੇ ਜੀਰੀ ਦੇ ਜਾ ਰਹੇ ਸੀ। ਜੋ ਵਿਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕੇ ਤੇ ਉਹਦੇ ਥੱਲੇ ਇਹ ਲੜਕੀ ਆ ਗਈ, ਇਹਦੀ ਮੌਕਾ ਤੇ ਮੌਤ ਹੋ ਗਈ ਆ। ਹਾਕਮ ਸਿੰਘ ਜ਼ਖਮੀ ਹੋ ਗਿਆ ਤੇ ਪੁਲਿਸ ਤਫਤੀਸ਼ ਜਾਰੀ ਹੈ, ਜਲਦੀ ਹੀ ਦੋਸ਼ੀਆਂ ਨੂੰ ਟਰੇਸ ਕਰਕੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਉਣਗੇ। ਟਰਾਲਾ ਚਾਲਕ ਦਾ ਨਾ ਪਤਾ ਅਜੇ ਨਹੀਂ ਲੱਗਿਆ, ਤਫਤੀਸ਼ ਜਾਰੀ ਹੈ। ਮੌਕੇ ਤੋਂ ਫਰਾਰ ਹੋ ਗਿਆ। ਉਧਰ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਦਕਿ ਟਰਾਲਾ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਧੁੰਦ ਅਤੇ ਧੂੰਏ ਦੇ ਕਰਕੇ ਲੋਕ ਡਰੇ ਹੋਏ ਨੇ, ਅਜਿਹੇ ਦੇ ਵਿੱਚ ਅਜਿਹੀਆਂ ਘਟਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ।